ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਲਵਲੀਨ ਅਤੇ ਤੁਸੀਂ ਦੇਖ ਰਹੇ ਹੋ ਦਾ ਫਿਲਮਸ। ਅਤੇ ਹੁਣ ਮੇਰੇ ਨਾਲ ਨੇ ਬੱਬਲ ਰਾਏ, ਜੋ ਕਿ ਤੁਹਾਨੂੰ ਜਲਦ ਹੀ ਨਜ਼ਰ ਆਉਣਗੇ ਇੱਕ ਸੰਧੂ ਹੁੰਦਾ ਸੇਧ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਅਤੇ ਸਾਰਿਆਂ ਨੂੰ ਕਰਕੇ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ? ਮੈਂ ਵਧੀਆ ਜੀ, ਠੀਕ ਠਾਕ ਹਾਂ। ਤੁਹਾਡੀ ਫਿਲਮ ਦਾ ਇਹ ਕੁਐਸਚਨ ਪੁੱਛਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਦੋ ਰਿਸ਼ਤੇ ਆਪਾਂ ਆਪ ਚੁਣਦੇ ਹਾਂ, ਉਹ ਕਿਹੜੇ ਰਿਸ਼ਤੇ ਹੁੰਦੇ? ਇੱਕ ਪਿਆਰ ਅਤੇ ਇੱਕ ਯਾਰ। ਹਾਂਜੀ। ਤੁਹਾਡੇ ਲਾਈਫ 'ਚ ਕਦੇ ਇਹੋ ਜਿਹੀ ਨੌਬਤ ਆਈ ਹੈ ਕਿ ਦੋਨਾਂ ਵਿੱਚੋਂ ਕਦੇ ਇੱਕ ਚੁਣਨਾ ਪਿਆ? ਨਹੀਂ ਜੀ, ਇਹੋ ਜਿਹੀ ਨੌਬਤ ਕਦੇ ਆਈ ਨਹੀਂ ਅਤੇ ਆਵੇ ਵੀ ਨਾ, ਰੱਬ ਕਰੇ। ਪਰ ਮੈਨੂੰ ਲੱਗਦਾ ਕਿ ਦੋਨੇ ਰਿਸ਼ਤੇ ਇੱਕ ਦੂਸਰੇ ਤੋਂ ਬਿਨਾਂ ਪੂਰੇ ਨਹੀਂ ਹੋ ਸਕਦੇ, ਕਿਉਂਕਿ ਆਪਾਂ ਆਪਣੇ ਯਾਰਾਂ ਦੋਸਤਾਂ ਨੂੰ ਵੀ ਬਹੁਤ ਪਿਆਰ ਕਰਦੇ ਹੁੰਦੇ ਅਤੇ ਜਿਹਦੇ ਨਾਲ ਆਪਾਂ ਪਿਆਰ ਕਰਦੇ ਉਹਦੇ ਨਾਲ ਆਪਣੀ ਦੋਸਤੀ ਵੀ ਜ਼ਰੂਰ ਹੁੰਦੀ ਹੈ। ਸੋ ਇਹ ਰਿਸ਼ਤੇ ਦੋਨੇ ਇੱਕ ਦੂਜੇ ਨੂੰ ਪੂਰਾ ਕਰਦੇ ਹਨ। ਇੰਡਸਟਰੀ ਦੇ ਵਿੱਚ ਤੁਹਾਡਾ ਬੈਸਟ ਫਰੈਂਡ ਕੌਣ ਹੈ? ਅੱਖਾਂ ਬੰਦ ਕਰਕੇ ਜਿਹੜਾ ਪਹਿਲਾਂ ਨਾਮ ਆਉਂਦਾ ਉਹ ਹੀ ਦੱਸ। ਤੁਹਾਨੂੰ ਪਤਾ ਨਹੀਂ ਹੈਗਾ? ਉਹ ਤਾਂ ਸਾਰਿਆਂ ਨੂੰ ਪਤਾ। ਸਾਨੂੰ ਪਤਾ ਹੈ ਜੀ, ਸਾਡਾ ਤਾਂ ਲਾਈਕ ਮੈਂ ਜੱਸੀ ਪ੍ਰਭ, ਸਾਨੂੰ ਤਿੰਨਾਂ ਜਿਹੜਾ ਨੂੰ ਬਹੁਤ ਸਾਡੀ ਦੋਸਤੀ ਨੂੰ ਐਪਰੀਸ਼ੀਏਟ ਕੀਤਾ ਜਾਂਦਾ। ਹਾਂਜੀ, ਸੋ ਉਹੀ ਮੇਰੇ ਲਾ ਲਓ ਕਿ ਕਲੋਜ਼ੈਸਟ ਫਰੈਂਡ ਵੀ ਲਾ ਲਓ, ਚਾਹੇ ਭਰਾ ਲਾ ਲਓ, ਕੁਛ ਵੀ, ਅਸੀਂ ਇਕੱਠੇ ਹੁੰਦੇ ਆਲ ਦਾਣੇ ਮੈਨੂੰ। ਅਤੇ ਇਸ ਫਿਲਮ ਦੀ ਗੱਲ ਕਰਦੇ ਹਾਂ, ਇਸ ਫਿਲਮ ਦੇ ਵਿੱਚ ਤੁਹਾਡਾ ਕਿਹੋ ਜਿਹਾ ਕਰੈਕਟਰ? ਮੇਰਾ ਕਰੈਕਟਰ ਦੇ ਵਿੱਚ ਬਹੁਤ ਚੁਲਬਲਾ, ਮਸਤੀ ਵਾਲਾ ਜੀ, ਹੈ ਨਾ। ਜਿਹੜੇ ਨਵੇਂ ਕਾਲਜ ਦੇ ਵਿੱਚ ਮੁੰਡੇ ਆਉਂਦੇ ਆ, ਚੰਡੀਗੜ੍ਹ ਦੇ ਵਿੱਚ ਆਉਂਦੇ ਆ, ਅਤੇ ਉਹ ਆਪਣੇ ਸੁਪਨੇ ਲੈ ਕੇ ਆਉਂਦੇ ਕਿ ਉੱਥੇ ਘੁੰਮਾਂਗੇ, ਅਯਾਸ਼ੀਆਂ ਕਰਾਂਗੇ, ਪਰ ਉਹਨਾਂ ਦੀ ਜ਼ਿੰਦਗੀ 'ਚ ਹੋ ਕੁਛ ਹੋਰ ਜਾਂਦਾ, ਅਤੇ ਉਹ ਕੀ ਹੋ ਜਾਂਦਾ ਦੇਖਣ ਲਈ ਤੁਹਾਨੂੰ 28 ਫੈਬ ਨੂੰ ਜਾਣਾ ਪੈਣਾ ਸਿਨੇਮਾ ਘਰ ਦੇ ਵਿੱਚ। ਅੱਛਾ, ਤੁਸੀਂ ਵੀ ਯੂਨੀਵਰਸਿਟੀ ਦੇ ਵਿੱਚ ਪੜ੍ਹੇ ਹੋਏ ਆ, ਆਈ ਗੈਸ ਪੀਯੂ ਤੋਂ ਹੀ ਪੜ੍ਹਾਈ ਕੀਤੀ? ਮੈਂ ਡੀਏਵੀ ਕਾਲਜ ਤੋਂ ਪੜ੍ਹਿਆ, ਸੈਕਿੰਡ ਟਾਈਮ ਤੋਂ। ਤੁਸੀਂ ਕਦੇ ਰਿਐਲਿਟੀ ਦੇ ਵਿੱਚ ਇਹੋ ਜਿਹਾ ਇਲੈਕਸ਼ਨਸ ਦਾ ਮਾਹੌਲ ਦੇਖਿਆ? ਹਾਂਜੀ, ਮੈਂ ਦੇਖਿਆ, ਪਰ ਮੈਂ ਪਾਰਟੀਸਪੇਟ ਨਹੀਂ ਕੀਤਾ, ਕਿਉਂਕਿ ਮੈਂ ਖੇਡਦਾ ਹੁੰਦਾ ਸੀਗਾ ਤਾਂ ਅਸੀਂ ਗਰਾਊਂਡ ਦੇ ਵਿੱਚ ਬੈਠੇ ਸੀ ਜਦੋਂ ਇਲੈਕਸ਼ਨਾਂ ਦਾ ਮਾਹੌਲ ਸੀ, ਉਦੋਂ ਮੈਂ ਲੜਾਈਆਂ ਲੜੂਈਆਂ ਹੁੰਦੀਆਂ ਦੇਖੀਆਂ, ਸਿਰ ਸੁਰ ਖੁੱਲ੍ਹਦੇ ਦੇਖੇ ਆ, ਪਰ ਉਹ ਇਲੈਕਸ਼ਨ ਵਾਲੇ ਦਿਨਾਂ 'ਚ ਮੈਂ ਘਰ ਚਲੇ ਜਾਂਦਾ ਹੁੰਦਾ ਸੀ, ਮੇਰਾ ਕੋਈ ਹੈ ਨਹੀਂ ਸੀ ਇੰਨਾ ਇੰਟਰਸਟ। ਇਸ ਫਿਲਮ ਦੇ ਰਾਹੀਂ ਤੁਹਾਡੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋਈਆਂ ਤੁਹਾਡੀ? ਹਾਂਜੀ, ਬਿਲਕੁਲ ਹੋਈਆਂ ਜੀ। ਅਸੀਂ ਜਦੋਂ ਯੂਨੀਵਰਸਿਟੀ ਸ਼ੂਟ ਕਰਦੇ ਸੀ ਤਾਂ ਅਸੀਂ ਗੇੜੀ ਗੁੜੀ ਮਾਰਨ ਜਦੋਂ ਸਟੂਡੈਂਟ ਸੈਂਟਰ ਚਲੇ ਜਾਂਦੇ ਹੁੰਦੇ ਸੀ ਤਾਂ ਉੱਥੇ ਰਾਜਮਾਂਹ ਚੌਲ ਬਹੁਤ ਖਾਂਦੇ ਰਹੇ ਹਾਂ, ਚਾਹ ਬਹੁਤ ਪੀਂਦੇ ਸੀਗੇ, ਹੈ ਨਾ, ਅਤੇ ਜਿੰਨੇ ਕੁ ਜਿੰਨੀ ਪੈਸੇ ਹੁੰਦੇ ਸੀ ਉੱਥੇ ਖਰਚ ਕੇ ਆਈਦੇ ਸੀ। ਅਤੇ ਉਹ ਅਸੀਂ ਜਦੋਂ ਉੱਥੇ ਸ਼ੂਟ ਕਰ ਰਹੇ ਸੀ, ਸਪੈਸ਼ਲੀ ਸਟੂਡੈਂਟ ਸੈਂਟਰ ਦੇ ਵਿੱਚ ਜਿਸ ਦਿਨ ਸ਼ੂਟ ਕਰ ਰਹੇ ਸੀ, ਤਾਂ ਬਹੁਤ ਮੈਨੂੰ ਯਾਦ ਆਈਆਂ ਚੀਜ਼ਾਂ। ਬੱਬਲ ਰਾਏ ਜੀ, ਤੁਸੀਂ ਸਿੰਗਰ ਹੋ, ਹੈ ਨਾ, ਰੋਸ਼ਨ ਪ੍ਰਿੰਸ 'ਚ ਵੀ, ਅਤੇ ਤੁਹਾਡੇ ਇਸ ਫਿਲਮ ਦੇ ਵਿੱਚ ਇੱਕ ਵੀ ਗਾਣਾ ਨਹੀਂ ਹੈ, ਇੱਦਾਂ ਕਿਉਂ? ਇਹ ਜ਼ਰੂਰੀ ਨਹੀਂ ਹੁੰਦਾ ਹੈਗਾ ਕਿ ਜਿਹੜੇ ਸਿੰਗਰ ਆ ਤਾਂ ਮਤਲਬ ਉਹਨੂੰ ਐਜ਼ ਅ ਸਿੰਗਰ ਹੀ ਦੇਖਿਆ ਜਾਵੇ, ਹੈ ਨਾ। ਤਾਂ ਉਹਨਾਂ ਨੇ ਮੈਨੂੰ ਐਜ਼ ਅ ਐਕਟਰ ਜਿਵੇਂ ਸਾਈਨ ਕੀਤਾ, ਹੈ ਨਾ, ਐਜ਼ ਐਨ ਐਕਟਰ। ਤਾਂ ਬਾਕੀ ਸਕ੍ਰਿਪਟ ਦੀ ਜਾਂ ਕਹਾਣੀ ਦੀ ਡਿਮਾਂਡ ਹੁੰਦੀ ਹੈ ਕਿ ਗਾਣਾ ਚਾਹੀਦਾ, ਨਹੀਂ ਚਾਹੀਦਾ, ਕਿੱਦਾਂ ਦੇ ਗਾਣੇ ਚਾਹੀਦੇ, ਹੈ ਨਾ। ਸੋ ਉੱਦਾਂ ਦੇ ਗਾਣੇ ਹੈਗੇ ਫਿਲਮ 'ਚ। ਤੁਹਾਡੇ ਫੈਨਸ ਦੇ ਨਾ ਤੁਹਾਡੇ ਕੋਲੋਂ ਇੱਕ ਕੰਪਲੇਂਟ ਹੈ ਕਿ ਤੁਸੀਂ ਫਿਲਮਾਂ ਨਾ ਬਹੁਤ ਟਾਈਮ ਲਾ ਕੇ ਕਰਦੇ ਹੋ, ਇੱਦਾਂ ਕਿਉਂ? ਟਾਈਮ ਕਈ ਵਾਰੀ ਆਪੇ ਲੱਗ ਜਾਂਦਾ ਜੀ, ਕਾਫੀ ਚੀਜ਼ਾਂ ਨੂੰ, ਹੈ ਨਾ, ਕਈ ਚੀਜ਼ਾਂ ਹੁੰਦੀਆਂ ਤੁਸੀਂ ਆਪ ਪਲਾਨ ਕਰਕੇ ਨਹੀਂ ਕਰ ਸਕਦੇ। ਮੈਨੂੰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਚੰਗਾ ਕੰਮ ਕਰਾਂ। ਮੈਂ ਹੁਣ ਤੱਕ ਜਿੰਨੀਆਂ ਫਿਲਮਾਂ ਕੀਤੀਆਂ, ਟੱਚਵਰਡ, ਬਹੁਤ ਐਪਰੀਸ਼ੀਏਟ ਹੋਈਆਂ, ਚੰਗੀਆਂ ਹੀ ਕੀਤੀਆਂ। ਤਾਂ ਮੈਂ ਕਦੇ ਪੈਸੇ ਨੂੰ ਮੁੱਖ ਰੱਖ ਕੇ ਜਾਂ ਇਸ ਚੀਜ਼ ਲਈ ਕਿ ਯਾਰ ਮੈਂ ਮੇਰਾ ਗੈਪ ਪੈ ਰਿਹਾ ਵੀ ਮੈਨੂੰ ਮੈਂ ਕਰਨੀ ਆ ਫਿਲਮ ਔਖੇ ਸੌਖੇ ਜਿਵੇਂ ਮਰਜ਼ੀ ਕਰਾਂ, ਉੱਦਾਂ ਨਹੀਂ ਕੀਤੀ ਹੈਗੀ ਕਦੇ ਵੀ। ਸੋ ਅੱਗੇ ਹੁਣ ਮੇਰੀਆਂ ਮਤਲਬ ਆ 4 ਮਹੀਨੇ 'ਚ 3 ਫਿਲਮਾਂ ਮੇਰੀਆਂ ਆ ਰਹੀਆਂ, ਤਾਂ ਮੈਨੂੰ ਲੱਗਦਾ ਕਿ ਫੈਨਸ ਦੀ ਕੰਪਲੇਂਟ ਮੈਂ ਦੂਰ ਕਰ ਦੂੰਗਾ। ਅਤੇ ਇੱਕ ਸੰਧੂ ਹੁੰਦਾ ਸੀ ਜੋ, ਤੁਹਾਨੂੰ ਕਿੰਨਾ ਕੁ ਕੌਨਫੀਡੈਂਸ ਹੈ, ਕਿੰਨੀ ਪਸੰਦ ਆਏਗੀ ਇਹ ਫਿਲਮ ਦਰਸ਼ਕਾਂ? ਸਾਡੀ ਸਾਰੀ ਟੀਮ ਬਹੁਤ ਕੌਨਫੀਡੈਂਟ ਆ ਜੀ। ਮੈਨੂੰ ਲੱਗਦਾ ਕਿ ਲੋਕਾਂ ਨੂੰ ਟ੍ਰੇਲਰ ਦੇਖ ਚੁੱਕੇ ਆ, ਗਾਣੇ ਲੋਕਾਂ ਨੂੰ ਪਸੰਦ ਆ ਆਲਰੇਡੀ। ਤਾਂ ਗਿੱਪੀ ਵੀਰੇ ਦੀ ਵੈਸੇ ਵੀ ਬਹੁਤ ਹਿਊਜ ਫੈਨ ਫੋਲੋ ਹੈਗੀ ਆ, ਬਾਕੀ ਅਸੀਂ ਸਾਰੇ ਹੈਗੇ, ਸਾਡਾ ਵੀ ਜ਼ੋਰ ਲੱਗਿਆ ਹੋਇਆ ਪੂਰਾ ਨਾਲ, ਹੈ ਨਾ। ਅਤੇ ਓਬਵੀਅਸਲੀ ਵਧੀਆ ਹੋਊਗੀ ਜੀ ਫਿਲਮ, ਮੈਂ ਆਪ ਐਕਸਾਈਟਡ ਹਾਂ ਕਿ ਮੈਂ ਡਬਿੰਗ 'ਤੇ ਦੇਖੀ ਸੀਗੀ, ਪਰ ਗਿੱਪੀ ਵੀਰੇ ਹੁਣੇ ਕੱਲ੍ਹ ਦੇਖ ਕੇ ਆਇਆ ਅਤੇ ਕਹਿੰਦੇ ਵੀ ਬਹੁਤ ਹੀ ਵਧੀਆ, ਅਤੇ ਮੇਰਾ ਕੰਮ ਨੂੰ ਵੀ ਉਹਨਾਂ ਨੇ ਐਪਰੀਸ਼ੀਏਟ ਕੀਤਾ ਬਹੁਤ। ਸੋ ਬੈਕਗਰਾਊਂਡ ਸਕੋਰ ਬਹੁਤ ਵਧੀਆ ਅਤੇ ਬਹੁਤ ਇੰਟਰਟੇਨਿੰਗ ਹੈ ਫਿਲਮ। ਹਾਂਜੀ। ਨੇਹਾ ਸ਼ਰਮਾ ਦੇ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ? ਮੇਰਾ ਉਹਨਾਂ ਨਾਲ ਹੈ ਨਹੀਂ ਗਾ ਜੀ ਇੰਨਾ ਕੰਮ, ਅਸੀਂ ਕਲਾਈਮੈਕਸ ਦੇ ਵਿੱਚ ਸਾਡਾ ਇਕੱਠਿਆਂ ਦਾ ਸੀਗਾ ਥੋੜ੍ਹਾ ਜਿਹਾ, ਅਤੇ ਸ਼ੀ ਇਜ਼ ਵੈਰੀ ਹੰਬਲ ਅਤੇ ਬਹੁਤ ਵਧੀਆ ਸੀਗਾ ਜਿੰਨੇ ਕੁ ਦਿਨ ਅਸੀਂ ਇਕੱਠਿਆਂ ਨੇ ਕੰਮ ਕੀਤਾ। ਹਾਂਜੀ, ਵਧੀਆ ਸੀ। ਅੱਛਾ, ਇਸ ਫਿਲਮ ਦੇ ਨਾ ਕਾਫੀ ਸਾਰੇ ਸੋਹਣੇ ਗਾਣੇ ਨੇ, ਗਾਲੀ ਬਿੰਨਾ ਸੋਹਣਾ, ਅਤੇ ਤੁਹਾਡਾ ਫੇਵਰੇਟ ਗਾਣਾ ਕਿਹੜਾ? ਮੈਨੂੰ ਟਾਈਟਲ ਟਰੈਕ ਬਹੁਤ ਵਧੀਆ ਲੱਗਦਾ ਜੀ, ਇੱਕ ਸੰਧੂ ਹੁੰਦਾ ਸੀ, ਲੋਕ ਯਾਦ ਰੱਖਣਗੇ, ਹੈ ਨਾ, ਨਹੀਂ ਤਾਂ ਚਰਚੇ ਵਾਲਾ ਗਾਣਾ ਵੀ ਵਧੀਆ। ਅਤੇ ਚਰਚਾ ਫਿਰ ਤੁਹਾਡੇ ਮੂੰਹ ਤੋਂ ਹੋ ਜਾਏ ਇੱਕ ਵਾਰ? ਨਹੀਂ, ਮੈਂ ਲਿਰਿਕਸ ਇੱਧਰ ਉੱਧਰ ਕਰਕੇ ਗਾ ਦੂੰਗਾ, ਤਾਂ ਉਹਦੇ ਨਾਲੋਂ ਬੈਟਰ ਹੈ ਕਿ ਦੋ ਗਾਣੇ ਹੋਰ ਹਜੇ ਫਿਲਮ ਦੇ ਆਉਣੇ ਆ। ਹਾਂਜੀ, ਇੱਕ ਸੋਨੇ ਦੀ ਵੰਗ ਮੈਨੂੰ ਲੱਗਦਾ ਉਹ ਕੱਲ੍ਹ ਹੀ ਆ ਰਿਹਾ। ਹਾਂਜੀ ਹਾਂਜੀ ਹਾਂਜੀ। ਸੋ ਸਟੇ ਟਿਊਨਡ ਗਾਇਜ਼, ਉਹ ਸੁਣ ਕੇ ਗਾਣਾ ਵੀ ਦੱਸਿਓ ਅਤੇ ਫਿਲਮ ਵੀ ਜ਼ਰੂਰ ਦੇਖ ਕੇ ਆਇਓ 28 ਫਰਵਰੀ। ਅਤੇ ਹੁਣ ਗਾਣਾ ਵੀ ਗਾਣਾ ਪੈਣਾ ਤੁਹਾਨੂੰ। ਮੈਂ ਆਪਣਾ ਗਾ ਦਿੰਦਾ ਜੀ। ਨੀ ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ, ਬਸ ਮੇਰਾ ਚੱਲੇ ਤੇਰਾ ਨਾਂ ਲਿਖਵਾ ਦਿਆਂ। ਬੈਸਟ ਆਫ ਲੱਕ ਫਿਲਮ ਦੇ ਲਈ। ਥੈਂਕ ਯੂ ਸੋ ਮਚ। ਤੁਸੀਂ ਦੇਖਦੇ ਰਹੋ ਦਾ ਫਿਲਮ। ਸਤਿ ਸ਼੍ਰੀ ਅਕਾਲ।